ਲਓ ਜੀ ਵੀਰ ਜੀ, ਇਸ ਪੈਲੀ 'ਚ ਕੋਈ ਅੱਗ ਨਹੀਂ ਲੱਗੀ ਹੋਈ, ਬਸ ਇਵੇਂ ਥੋੜ੍ਹਾ ਬਰਸਾਤ ਕਰਕੇ ਅੱਜ ਲੇਟ ਵਾਹਣ ਨੂੰ ਮਿਲੀ ਹੈ ਪੈਲੀ। ਅਤੇ ਅਕਾਟ ਇਹ ਲੈਮਕਣ ਦਾ ਕੋਈ ਨਵਾਂ ਇੰਪਲੀਮੈਂਟ ਹੈ, ਬਹੁਤ ਟੋਪ ਦੀ ਕਾਢ ਹੈ ਲੈਮਕਣ ਵਾਲਿਆਂ ਦੀ, ਕੋਈ ਵਿੱਚ ਬ੍ਰੇਕ ਡਾਊਨ ਨਹੀਂ ਹੈਗੀ, ਬਸ ਜਾ ਰਿਹਾ ਅਤੇ ਆ ਰਿਹਾ ਟਰੈਕਟਰ। ਬਹੁਤ ਵਧੀਆ ਖੇਤ ਦੀ ਜੁਤਾਈ ਹੋ ਰਹੀ ਹੈ, ਬਹੁਤ ਹੀ ਵਧੀਆ, ਬਹੁਤ ਜਿੰਨੀ ਪ੍ਰਸ਼ੰਸਾ ਕਰੀ ਉਨੀ ਘੱਟ ਇਸ ਇੰਪਲੀਮੈਂਟ ਦੀ। ਮੈਂ ਨਾ ਜੀ ਪਲੋ ਨਾਲ ਵੀ ਜ਼ਿਆਦਾ ਕੰਮ ਹੈ ਬੋਲਣ ਵਾਲੀ ਚੀਜ਼, ਕਈ ਵੀਰਾਂ ਦੀ ਪੈਲੀ 'ਚ ਪਲੋ ਕਾਮਯਾਬ ਨਹੀਂ ਗਾ ਪੈਲੀ ਨੂੰ ਪਲਟਾ ਦੇਣ ਤੋਂ ਬਾਅਦ, ਪਰ ਇਹ ਤਾਂ ਪਲਟਾ ਦੇਣ ਦੀ ਜ਼ਰੂਰਤ ਹੀ ਨਹੀਂ, ਮਲਚਰ ਕਰੋ ਅਤੇ ਅਕਾਟ ਕੱਢੋ ਛੁੱਟੀ, ਇਹ ਤਾਂ ਥੱਲੇ ਲਿਆਉਂਦਾ ਵਲ ਵਲ ਕੇ, ਬਹੁਤ ਹੀ ਜ਼ਬਰਦਸਤ ਰਿਜ਼ਲਟ ਨਜ਼ਾਰਾ ਆ ਗਿਆ। ਇਹ ਤਾਂ ਆਪਣੇ ਕੋਲ ਤਾਂ ਡੈਮੋ ਦਾ ਬਾਈ ਜੀ, ਡੈਮੋ ਚੱਲ ਰਹੀ ਆਪਣੀ ਅੱਜ, ਬਹੁਤ ਵਧੀਆ ਲੱਗਾ, ਬਹੁਤ ਹੀ ਵਧੀਆ।